ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਪ੍ਰਾਈਮ ਵੁਮਨ ਲੈ ਕੇ ਇੱਕ ਵਾਰੀ ਫੇਰ ਹਾਜ਼ਰ ਹੋ ਚੁੱਕੀ ਹਾਂ। ਮੈਂ ਹਾਂ ਕੁਸਮ ਤੇ ਮੇਰੇ ਨਾਲ ਨੇ ਹਰਮਨ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹਰਮਨ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਬਹੁਤ ਵਧੀਆ। ਨਹੀਂ ਕਿਉਂ, ਗਰਮੀ ਚੁੱਪਤੀ ਜਲਤੀ ਗਰਮੀ। ਓ ਪਤਾ ਨਹੀਂ, ਮੈਨੂੰ ਤਾਂ ਇਹ ਲੱਗਦਾ ਵੀ ਪਤਾ ਨਹੀਂ ਸਾਰੀ ਦੁਨੀਆ ਨਾਲੋਂ ਮੈਨੂੰ ਜ਼ਿਆਦਾ ਗਰਮੀ ਲੱਗਦੀ ਆ ਕਿ ਹੋ ਜ਼ਿਆਦਾ ਗਈ ਆ ਕਿ ਕੀ ਚੱਕਰ ਆ? ਹੈ ਬਹੁਤ, ਹਲੇ ਮਈ ਜੂਨ ਜੁਲਾਈ ਅਗਸਤ ਸਤੰਬਰ, ਅਕਤੂਬਰ ਵੀ ਅੱਧਾ, ਕੀ ਕਰਾਂਗੇ? ਬਸ ਇੱਦਾਂ ਹੀ ਅੱਗੇ ਸਮਾਂ ਹੰਡਾਉਣਾ ਪੈਣਾ। ਬਿਲਕੁਲ ਹੰਡਾਉਣਾ ਪੈਣਾ, ਪਰ ਬਹੁਤ ਜ਼ਿਆਦਾ ਹਾਲਾਤ ਖਰਾਬ ਹੋ ਗਏ। ਕੁਸਮ ਜੀ, 41-42 ਡਿਗਰੀ ਨੂੰ ਟੈਂਪਰੇਚਰ ਪਹੁੰਚ ਚੁੱਕਿਆ ਹੈ, ਤੇ ਇਹ ਜਿੱਦਣ ਵੋਟਾਂ ਹੋਣੀਆਂ ਨੇ ਪੰਜਾਬ 'ਚ, ਉਦਣ ਕਹਿੰਦੇ 47 ਡਿਗਰੀ ਟੈਂਪਰੇਚਰ ਹੋਊਗਾ। ਤੇ ਤੁਸੀਂ ਹਿਸਾਬ ਲਓ ਵੀ 50 ਨੂੰ ਜਾ ਢੁੱਕੇ ਆ। ਔਰ ਮੈਂ ਤੁਹਾਨੂੰ ਇੱਕ ਹੈਰਾਨੀ ਵਾਲੀ ਗੱਲ ਦੱਸਦੀ ਹਾਂ, ਮੈਂ ਕਦੇ ਇਸ ਚੀਜ਼ ਦਾ ਤਜਰਬਾ ਨਹੀਂ ਸੀ ਕੀਤਾ, ਹੈ ਨਾ। ਅੱਜ ਤੱਕ ਕਦੇ ਵੀ ਮੈਨੂੰ ਧੁੱਪ ਦੇ ਵਿੱਚ ਕੁਛ ਨਹੀਂ ਸੀ ਹੋਇਆ, ਜਿੰਨੀ ਦੇਰ ਮਰਜ਼ੀ ਧੁੱਪ ਰਹਿਣਾ। ਹਾਂ, ਪਸੀਨੇ ਨਾਲ ਮੂੰਹ ਲਾਲ ਜਾਂ ਰੈਸ਼ਸ ਵਗੈਰਾ ਚਲੋ ਹੋ ਜਾਂਦੇ ਸੀ ਫੇਸ ਤੇ, ਹੈ ਨਾ, ਪਰ ਮੈਂ ਜੋ ਇਸ ਵਾਰ ਮਹਿਸੂਸ ਕਰ ਰਹੀ ਹਾਂ, ਕਿਉਂਕਿ ਨਾ ਵਾਕਈ ਜਿਹੜੀ ਤਾਪਮਾਨ 'ਚ ਤਬਦੀਲੀ ਆ ਰਹੀ ਹੈ ਉਹ ਤੁਹਾਨੂੰ ਮਹਿਸੂਸ ਹੋਣ ਲੱਗ ਜਾਂਦੀ ਹੈ। ਇਸ ਵਾਰ ਤਾਂ ਇਹ ਹਾਲ ਆ ਕੁਸਮ ਜੀ ਵੀ ਜੇਕਰ ਮੈਂ ਕਿਤੇ ਕੋਈ ਟ੍ਰੈਫਿਕ ਲਾਈਟ 'ਤੇ ਖੜ੍ਹ ਜਾਂਦੀ ਹਾਂ, ਕਿਸੇ ਫਾਟਕ 'ਤੇ ਖੜ੍ਹ ਜਾਂਦੀ ਹਾਂ, ਚਾਹੇ ਉਹ 2-3 ਮਿੰਟ ਦਾ ਸਮਾਂ ਕਿਉਂ ਨਾ ਹੋਏ, ਤਾਂ ਮੇਰੀਆਂ ਬਾਹਾਂ ਜਿੱਥੇ ਜਿੱਥੇ ਮਤਲਬ ਕੱਪੜਾ ਨਹੀਂ ਹੁੰਦਾ, ਹੈ ਨਾ, ਬਾਹਾਂ ਜਿਹੜੀਆਂ ਨੇ ਜਾਂ ਹੱਥ ਨੇ ਪੈਰ ਨੇ, ਇਹਨਾਂ ਦੇ ਉੱਪਰ ਦਾਣੇ ਹੋ ਜਾਂਦੇ ਨੇ ਔਰ ਪੂਰੀ ਤਰ੍ਹਾਂ ਸਕਿਨ ਰੈੱਡ ਹੋ ਜਾਂਦੀ। ਮਤਲਬ ਇੰਨੀ ਤਿੱਖੀ ਧੁੱਪ ਅਤੇ ਉਹਦੇ ਇੰਨੀ ਜ਼ਿਆਦਾ ਤੇਜ਼ ਧੁੱਪ ਜਿਹੜੀ ਹੈ ਉਹ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚਾ ਰਹੀ ਹੈ। ਤਿਆਰ ਹੋ ਜਾਈਏ ਸੂਰਜ ਨਾਲ ਸਿੱਧਾ ਮੁਕਾਬਲਾ ਕਰਨ ਲਈ ਜੀ। ਔਰ ਇਹ ਮੇਰੇ ਨਾਲ ਨਹੀਂ, ਇਹ ਬਹੁਤਿਆਂ ਨਾਲ ਇਹ ਸਮੱਸਿਆ ਜਿਹੜੀ ਹੋਣ ਲੱਗੀ। ਇਹਦਾ ਮਤਲਬ ਇਹ ਹੈ ਕਿ ਤੁਸੀਂ ਹਿਸਾਬ ਲਾ ਲਓ ਵੀ ਤਾਪਮਾਨ ਦੇ ਵਿੱਚ ਕਿੰਨੀ ਜ਼ਿਆਦਾ ਤਬਦੀਲੀ ਆ ਰਹੀ ਹੈ, ਆਬੋ ਹਵਾ ਦੇ ਵਿੱਚ ਕਿੰਨੀ ਜ਼ਿਆਦਾ ਤਬਦੀਲੀ ਆ ਰਹੀ ਹੈ, ਔਰ ਜੇ ਤਬਦੀਲੀ ਇੱਦੀ ਵੱਧ ਗਈ 47 ਡਿਗਰੀ ਟੈਂਪਰੇਚਰ ਕਹਿਣਾ ਹੁੰਦਾ ਮੂੰਹ ਨਾਲ ਨਾ ਵੀ ਬਹੁਤ ਜ਼ਿਆਦਾ ਬੁਰਾ ਹਾਲ ਹੋਊਗਾ। ਕੀ ਕਰਾਂਗੇ ਵੀ ਜੇ ਇਹ 60 ਤੋਂ ਜਾ ਕੇ ਵਾਪਸ ਆਵੇ ਤੇ? ਹਾਂ, ਅੱਜ ਤੋਂ 5 ਸਾਲ ਬਾਅਦ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਚੰਗੀ ਤਰ੍ਹਾਂ ਵੀ ਕੀ ਬਣਨ ਵਾਲਾ। ਮੈਂ ਬੜੀ ਸੱਚੀ ਚਿੰਤਾ ਦੇ ਵਿੱਚ। ਦੇਖੋ, ਆਪਾਂ ਨਾ ਕਿਤੇ ਬਾਹਰ ਜਾਈਏ, ਕਿਸੇ ਨੂੰ ਉਡੀਕ ਕਰਨੀ ਪੈ ਜਾਵੇ ਕਿਸੇ ਦੀ ਨਾ, ਜਾਂ ਅਸੀਂ ਕਿਸੇ ਨੂੰ ਉਡੀਕ ਕਰਵਾ ਰਹੇ ਹੋਈਏ ਤਾਂ ਅਸੀਂ ਉਹਨੂੰ ਕਹਿੰਦੇ ਆ ਵੀ ਕਿਤੇ ਛਾਂ ਦੇਖ ਕੇ ਖੜ ਜਾ, ਹੈ ਨਾ, ਪਰ ਛਾਂ ਕਿਤੇ ਨਹੀਂ ਲੱਭਦੀ ਕਿਉਂਕਿ ਅਸੀਂ ਦਰਖਤ ਨਹੀਂ ਲਾਉਣੇ, ਕਿਉਂਕਿ ਅਸੀਂ ਇਹ ਜਦੋਂ ਸਾਨੂੰ ਛਾਂ ਦੀ ਲੋੜ ਹੁੰਦੀ ਹੈ ਉਦੋਂ ਅਸੀਂ ਛਾਂ ਲੱਭਦੇ ਹਾਂ, ਉਹਦੇ ਮਗਰ ਮਗਰ ਦੌੜਦੇ ਹਾਂ, ਤੇ ਕਿਤੇ ਇੱਕ ਦਰਖਤ ਲੱਭ ਜਾਵੇ ਨਾ ਪੂਰੀ ਸੜਕ ਤੇ ਤਾਂ ਫਿਰ ਥੋੜਾ ਜਿਹਾ ਸਾਹ ਆਉਂਦਾ, ਪਰ ਉਸ ਵਕਤ ਵੀ ਅਸੀਂ ਇਹ ਨਹੀਂ ਸੋਚਦੇ ਵੀ ਇਹ ਸਾਨੂੰ ਛਾਂ ਲੱਭਣੀ ਕਿਉਂ ਪੈ ਰਹੀ ਆ। ਹਰ ਸੜਕ ਤੇ ਇੰਨੀ ਛਾਂ ਹੋਣੀ ਚਾਹੀਦੀ ਹੈ ਵੀ ਸਾਨੂੰ ਲੱਭਣੀ ਨਾ ਪਵੇ, ਪਰ ਉਹ ਤਾਂ ਹੀ ਹੋਊਗੀ। ਪਰ ਜੇ ਅਸੀਂ ਦਰਖਤ ਲਾਵਾਂਗੇ ਤਾਂ ਮੈਂ ਹਮੇਸ਼ਾ ਇਹ ਗੱਲ ਸੋਚਦੀ ਹੁੰਦੀ ਹਾਂ, ਕਈ ਵਾਰ ਇਹਦੇ ਉੱਪਰ ਵਿਚਾਰ ਚਰਚਾ ਵੀ ਹੁੰਦੀ ਹੈ ਸਿਆਣਿਆਂ ਨਾਲ, ਕਿ ਮਤਲਬ ਮਨ ਦੇ ਵਿੱਚ ਖਿਆਲ ਆਇਆ ਵੀ ਵੈਸੇ ਇਹ ਹੋਣਾ ਚਾਹੀਦਾ ਹੈ ਵੀ ਜਿੰਨੀਆਂ ਸੜਕਾਂ ਨੇ ਉਹਨਾਂ ਦੇ ਕੰਢੇ ਦੇ ਉੱਪਰ ਜਿਹੜੇ ਡਿਵਾਈਡਰ ਬਣ ਜਾਂਦੇ ਨੇ ਸੜਕਾਂ ਦੇ ਵਿੱਚ, ਉਹਨਾਂ ਦੇ ਉੱਪਰ ਨਾ ਕੁਸਮ ਜੀ ਫਲਾਹਾਰੀ ਦਰਖਤ ਲੱਗਣੇ ਚਾਹੀਦੇ ਨੇ, ਤਾਂ ਜੋ ਜਿਹੜੇ ਗਰੀਬ ਲੋਕ ਨੇ ਉਹਨਾਂ ਦਾ ਢਿੱਡ ਭਰ ਸਕੇ ਉਹਨਾਂ ਫਲਾਂ ਦੇ ਨਾਲ, ਤੇ ਲੋਕਾਂ ਨੂੰ ਛਾਂ ਮਿਲ ਸਕੇ। ਬਿਲਕੁਲ। ਔਰ ਅਸੀਂ ਜਦੋਂ ਨਾ ਥੋੜਾ ਜਿਹਾ ਪਿਛੋਕੜ ਝਾਤ ਮਾਰੀਏ ਤਾਂ ਬਹੁਤ ਵਾਰੀ ਸਾਡੇ ਨਾਨੇ ਜਾਂ ਸਾਡੇ ਜਿਹੜੇ ਦਾਦੇ ਸੀਗੇ ਉਹ ਸਾਨੂੰ ਇਹ ਕਹਿੰਦੇ ਸੁਣ ਜਾਂਦੇ ਸੀ ਵੀ ਆਹ ਦਰਖਤ ਮੇਰੇ ਪਿਓ ਨੇ ਲਾਇਆ ਸੀ ਜਾਂ ਇਹ ਦਰਖਤ ਮੇਰੇ ਦਾਦੇ ਪੜਦਾਦੇ ਨੇ ਲਾਇਆ ਸੀ ਨਾ, ਉਹ ਅੱਗੋਂ ਪੀੜ੍ਹੀ ਦਰ ਪੀੜ੍ਹੀ ਚੱਲਦਾ ਸੀ, ਉਹਨਾਂ ਨੂੰ ਸੰਭਾਲਦੇ ਸੀ ਉਹ ਦਰਖਤ ਨੂੰ, ਔਰ ਉਹਨਾਂ ਨੂੰ ਆਪਣਾ ਇੱਦਾਂ ਲੱਗਦਾ ਸੀ ਵੀ ਇਹ ਦਰਖਤ। ਹੁਣ ਸਾਡੇ ਘਰੇ ਇੱਕ ਅਮਰੂਦ ਸੀ, ਉਹ ਮੈਨੂੰ ਲੱਗਦਾ ਸੀ ਜਦੋਂ ਮੈਂ ਜੰਮੀ ਸੀਗੀ ਨਾ ਉਦੋਂ ਉਹ ਛੋਟਾ ਜਿਹਾ ਸੀਗਾ, ਤੇ ਮੈਨੂੰ ਲੱਗਦਾ ਹੁੰਦਾ ਸੀ ਵੀ ਮੇਰੇ ਹਾਣ ਦਾ ਆ, ਇਹ ਮੇਰੇ ਹਾਣ ਦਾ ਦਰਖਤ ਆ ਵੀ ਮੇਰੇ ਨਾਲ ਹੀ ਇਹ ਵਧੀਆ ਫੁੱਲਿਆ, ਹੈ ਨਾ। ਸੋ ਇੱਕ ਪਿਆਰ ਹੁੰਦਾ ਸੀ, ਇੱਕ ਸਾਂਝ ਹੁੰਦੀ ਸੀ ਜਿਹੜੀ ਅੱਜ ਕੱਲ੍ਹ ਖਤਮ ਹੁੰਦੀ ਜਾ ਰਹੀ ਆ, ਪਰ ਇਹ ਦੁਬਾਰਾ ਪੈ ਸਕਦੀ, ਅਸੀਂ ਆਪਣੇ ਬੱਚੇ ਇਹਨਾਂ ਦੀ ਸਾਂਝ ਪਵਾ ਸਕਦੇ ਹਾਂ ਥੋੜਾ ਜਿਹਾ ਅਸੀਂ ਜੇ ਕੋਸ਼ਿਸ਼ ਕਰੀਏ ਤਾਂ। ਹਾਂ, ਗੱਲ ਤਾਂ ਕੋਸ਼ਿਸ਼ ਦੀ ਹੋਈ ਹੈ ਸਾਰੀ, ਬਾਕੀ ਮੈਂ ਨਾ ਕਈ ਵਾਰ ਹੱਸਦੀ ਹੁੰਦੀ ਹਾਂ ਕਿ ਅਸੀਂ ਗੱਲਾਂ ਤਾਂ ਬਹੁਤ ਕਰ ਲੈਂਦੇ ਹਾਂ, ਅਸੀਂ ਇੱਕ ਦੂਜੇ ਨਾਲ ਵਿਚਾਰ ਵੀ ਸਾਂਝੇ ਕਰ ਲੈਂਦੇ ਹਾਂ, ਪਰ ਜਦੋਂ ਅਸੀਂ ਆਪਣੇ ਅੰਦਰ ਝਾਤ ਮਾਰ ਕੇ ਵੇਖਦੇ ਹਾਂ ਤਾਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਸਾਨੂੰ ਆਪਣੇ ਕੋਲੋਂ ਨਹੀਂ ਲੱਭਦੇ, ਤੇ ਆਪਾਂ ਆਪਣੇ ਆਪ ਨੂੰ ਜ਼ਰੂਰ ਪੁੱਛੀਏ ਕਿਸੇ ਨੂੰ ਕਹਿਣ ਤੋਂ ਪਹਿਲਾਂ ਵੀ ਮੈਂ ਕਿੰਨੇ ਰੁੱਖ ਲਾਏ ਨੇ, ਜੀ ਜੀ ਜੀ, ਮੇਰਾ ਕੀ ਯੋਗਦਾਨ ਹੈ। ਮੈਨੂੰ ਇਸ ਚੀਜ਼ ਦਾ ਬੜਾ ਮਾਣ ਹੈ ਵੀ ਜੇ ਮੈਂ ਇਹ ਗੱਲ ਕਰਦੀ ਹਾਂ ਤਾਂ ਮੈਂ ਇਹ ਕੰਮ ਵੀ ਕਰਦੀ। ਬਿਲਕੁਲ, ਹੈ ਨਾ, ਮੈਂ ਰੁੱਖ ਵੀ ਲਗਾਉਂਦੀ ਹਾਂ, ਹੈ ਨਾ, ਕਿਉਂਕਿ ਇੱਕ ਵੱਖਰਾ ਪਿਆਰ, ਇੱਕ ਵੱਖਰਾ ਸਕੂਨ ਉਹਨਾਂ ਪੌਦਿਆਂ 'ਚ ਉਹਨਾਂ ਰੁੱਖਾਂ 'ਚੋਂ ਤੁਹਾਨੂੰ ਮਿਲਦਾ ਜਿਹੜਾ ਦੁਨੀਆਂ 'ਚ ਕਿਤੇ ਨਹੀਂ ਮਿਲ ਸਕਦਾ। ਜੀ ਜੀ ਜੀ, ਬਿਲਕੁਲ। ਸੋ ਖੈਰ, ਬਾਕੀ ਦੀ ਗੱਲ ਆਪਾਂ ਰਸਮੀ ਤੌਰ ਦੇ ਉੱਪਰ ਹੁਣ ਅੱਗੇ ਵਧਾਉਂਦੇ ਹਾਂ, ਤੇ ਕੁਸਮ ਜੀ ਅੱਜ ਜਿਹੜੀ ਕੁੜੀ ਦੀ ਮੈਂ ਗੱਲ ਕਰਨੀ ਹੈ ਨਾ, ਉਹ ਕੁੜੀ ਬੜੀ ਨਾਮਣਾ ਖੱਟਣ ਵਾਲੀ ਕੁੜੀ ਹੈ, ਬੜੀ ਪਿਆਰੀ ਜਿਹੀ ਕੁੜੀ ਹੈ, ਤੇ ਉਹਨੇ ਆਪਣੇ ਸ਼ੌਂਕ ਨੂੰ ਖੰਭ ਦਿੱਤੇ ਨੇ, ਕਹਿ ਲਓ ਵੀ ਉਹਨੇ ਉੱਡਣਾ ਸ਼ੁਰੂ ਕਰ ਦਿੱਤਾ ਜੀ, ਤੇ ਉਹ ਆਪ ਵੀ ਇਹੀ ਕਹਿੰਦੀ ਹੈ ਵੀ ਜਦੋਂ ਮੈਂ ਜਿਹੜਾ ਆਪਣਾ ਮਨ ਪਸੰਦੀਦਾ ਕੰਮ ਹੈ ਜਦੋਂ ਉਹ ਕਰਦੀ ਹਾਂ ਤਾਂ ਮੈਨੂੰ ਇਉਂ ਲੱਗਦਾ ਜਿਵੇਂ ਮੈਂ ਉੱਡ ਰਹੀ ਹੋਵਾਂ। ਕਿਆ ਬਾਤ ਹੈ। ਇੱਕ ਕੁੜੀ ਹੈ ਪ੍ਰਿਯੰਕਾ, ਇਸ ਕੁੜੀ ਦੇ ਬਾਰੇ 'ਚ ਮੈਂ ਪੜ੍ਹ ਰਹੀ ਸੀ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ। ਅਸਲ ਦੇ ਵਿੱਚ ਪ੍ਰਿਯੰਕਾ ਇੱਕ ਸਪੈਸ਼ਲ ਚਾਈਲਡ ਹੈ। ਅੱਛਾ।
ਹਨਾ ਉਹ ਉਹਨੂੰ ਥੋੜੀ ਜਿਹੀ ਸਮੱਸਿਆ ਹੈ ਜਿਹਦੇ ਕਰਕੇ ਉਹ ਵਿਚਾਰੀ ਬੱਚੀ ਜਿਹੜੀ ਹੈ ਉਹ ਹਨਾ ਚਾਹੇ ਸਪੈਸ਼ਲ ਚਾਈਲਡ ਹੋਣ ਦੇ ਬਾਵਜੂਦ ਵੀ ਉਹਨੇ ਆਪਣਾ ਜਜ਼ਬਾ ਜਿਹੜਾ ਹੈ ਉਹਨੂੰ ਕਾਇਮ ਰੱਖਿਆ, ਆਪਣੇ ਸ਼ੌਂਕ ਨੂੰ ਕਾਇਮ ਰੱਖਿਆ, ਔਰ ਉਸ ਜਜ਼ਬੇ ਦੀ ਸਦਕਾ ਉਹਨੇ ਭਾਰਤ ਦੀ ਝੋਲੀ 'ਚ 3 ਮੈਡਲਸ ਪਾਏ ਨੇ। ਕੀ ਬਾਤ ਹੈ! ਔਰ 3 ਮੈਡਲ, ਮੈਂ ਬੜੀ ਖੁਸ਼ ਹੋਈ ਪੜ੍ਹ ਕੇ ਵੀ, ਗੋਲਡ, ਸਿਲਵਰ, ਬ੍ਰੋਂਜ਼, ਕੀ ਬਾਤ, ਕੋਈ ਵੀ ਨਹੀਂ ਛੱਡਿਆ, 3 ਵੱਖਰੇ ਵੱਖਰੇ ਮੈਡਲ ਲੈ ਕੇ ਆਈ। ਸੱਚਮੁੱਚ ਫਿਰ ਸਪੈਸ਼ਲ ਚਾਈਲਡ ਹੈ, ਹੈ ਨਹੀਂ? ਹਾਂ, ਵਾਕਈ। ਔਰ ਇਹ ਜਿਹੜੀ ਕੁੜੀ ਹੈ ਪ੍ਰਿਯੰਕਾ, ਇਹ ਸਕੇਟਿੰਗ ਕਰਦੀ ਹੈ। ਵਾਹ! ਕਹਿੰਦੀ ਜਦੋਂ ਮੈਂ ਆਪਣੇ ਪੈਰਾਂ ਦੇ ਨਾਲ ਸਕੇਟਿੰਗ ਸਕੇਟਸ ਜਿਹੜੇ ਨੇ ਉਹ ਬੰਨ ਲੈਂਦੀ ਹਾਂ, ਜਦੋਂ ਪੈਰਾਂ ਦੇ ਨਾਲ ਜਦੋਂ ਮੈਂ ਸਕੇਟਿੰਗ ਸ਼ੁਰੂ ਕਰਦੀ ਹਾਂ ਤੇ ਮੈਨੂੰ ਇਹੋ ਲੱਗਦਾ ਮੈਂ ਉੱਡ ਰਹੀ ਹਾਂ। ਕੀ ਬਾਤ ਹੈ! ਕਹਿੰਦੀ ਮੈਨੂੰ ਉੱਡਣਾ ਬੜਾ ਚੰਗਾ ਲੱਗਦਾ ਤੇ ਇਸੇ ਲਈ ਮੈਂ ਇਸ ਖੇਡ ਨੂੰ ਚੁਣਿਆ ਹਨਾ, ਤੇ ਇਸੇ ਲਈ ਮੈਂ ਇਹ ਕੰਮ ਕਰਦੀ ਹਾਂ। ਮੈਂ ਜਿਵੇਂ ਹੀ ਉਹ ਸਕੇਟਸ ਬੰਨਦੀ ਹਾਂ, ਜਦੋਂ ਮੈਂ ਤੁਰਨਾ ਸ਼ੁਰੂ ਕਰਦੀ ਹਾਂ, ਇਹ ਕਹਿ ਲਓ ਵੀ ਸਕੇਟਿੰਗ ਕਰਨੀ ਸ਼ੁਰੂ ਕਰਦੀ ਹਾਂ, ਤੇ ਇੱਕ ਵੱਖਰਾ ਅਹਿਸਾਸ, ਇੱਕ ਵੱਖਰੀ ਉਡਾਣ ਮੇਰਾ ਮਨ ਵੀ ਭਰਦਾ। ਔਰ ਇਹ ਕੁੜੀ ਦਾ ਕਹਿਣਾ ਸੀ, ਕਹਿੰਦੀ ਇਹ ਸਪੈਸ਼ਲ ਓਲੰਪਿਕਸ ਦੇ ਵਿੱਚ ਇਹਨੇ 3 ਜਿਹੜੇ ਮੈਡਲਸ ਨੇ ਉਹ ਭਾਰਤ ਦੀ ਝੋਲੀ ਦੇ ਵਿੱਚ ਪਾਏ। ਔਰ ਤੁਸੀਂ ਇਹ ਵੇਖੋ ਕਿ ਹੁਣੇ ਜੀ ਨਾ ਅਬੂ ਧਾਬੀ ਦੇ ਵਿੱਚ ਇਹ ਜਿਹੜੇ ਓਲੰਪਿਕਸ ਹੈ ਹੋਏ ਸੀ, ਜਿਹੜੇ ਸਪੈਸ਼ਲ ਓਲੰਪਿਕਸ, ਜਿਹਦੇ ਵਿੱਚ ਵੱਖ ਵੱਖ ਥਾਵਾਂ ਤੋਂ ਜਿਹੜੇ ਸਪੈਸ਼ਲ ਬੱਚੇ ਨੇ ਉਹਨਾਂ ਨੇ ਹਿੱਸਾ ਲਿਆ। ਔਰ ਤੁਸੀਂ, ਮੈਨੂੰ ਬੜੀ ਖੁਸ਼ੀ ਹੋਈ ਹੈ ਪੜ੍ਹ ਕੇ ਕਿ ਪ੍ਰਿਯੰਕਾ ਇਕੱਲੀ ਨਹੀਂ, ਪ੍ਰਿਯੰਕਾ ਦੇ ਨਾਲ ਕੋਈ 368 ਦੇ ਨੇੜੇ ਤੇੜੇ ਬੱਚੇ ਨੇ, ਸਪੈਸ਼ਲ ਚਿਲਡਰਨ ਜਿਹੜੇ ਨੇ, ਜਿਨ੍ਹਾਂ ਨੇ ਕਿ ਭਾਰਤ ਦੀ ਝੋਲੀ ਦੇ ਵਿੱਚ ਵੱਖ ਵੱਖ ਖੇਤਰਾਂ 'ਚ ਮੈਡਲ ਪਾਏ ਨੇ। ਬਹੁਤ ਖੂਬ! ਮਤਲਬ ਅਸੀਂ ਨਾ ਜੇ ਕਿਸੇ ਦੇ ਘਰੇ ਜਾਂ ਆਪਣੇ ਘਰੇ ਵੀ ਕਈ ਵਾਰੀ ਜੇ ਸਪੈਸ਼ਲ ਚਾਈਲਡ ਹੋਵੇ ਜਾਂ ਅਸੀਂ ਦੇਖ ਲਈਏ ਤਾਂ ਅਸੀਂ ਉਹਨੂੰ ਬਹੁਤ ਹੀਣ ਭਾਵਨਾ ਨਾਲ ਵੇਖਦੇ ਹਾਂ ਜਾਂ ਤਰਸਦੀਆਂ ਨਜ਼ਰਾਂ ਨਾਲ ਵੇਖਦੇ ਹਾਂ, ਹਨਾ। ਮੈਨੂੰ ਇਹ ਹਮੇਸ਼ਾ ਗੱਲ ਯਾਦ ਆਉਂਦੀ ਹੁੰਦੀ ਆ ਵੀ ਮੇਰੇ ਇੱਕ ਟੀਚਰ ਸੀਗੇ, ਉਹਨਾਂ ਦਾ ਬ੍ਰਦਰ ਜਿਹੜਾ ਉਹ ਸਪੈਸ਼ਲ ਚਾਈਲਡ ਸੀਗਾ, ਹਨਾ। ਬਹੁਤ ਸਾਰੇ ਪੇਰੈਂਟਸ ਇੱਦਾਂ ਕਰਦੇ ਆ ਵੀ ਜਦੋਂ ਤੁਹਾਡੇ ਘਰੇ ਇੱਦਾਂ ਦਾ ਬੱਚਾ ਹੁੰਦਾ ਤਾਂ ਉਹਨੂੰ ਕਿਤੇ ਲੈ ਕੇ ਨਹੀਂ ਜਾਣਾ, ਉਹਨੂੰ ਬਾਹਰ ਨਹੀਂ ਕੱਢਣਾ ਵੀ ਲੋਕ ਕੀ ਕਹਿਣਗੇ ਜਾਂ ਲੋਕ ਇਹਦੇ ਬਾਰੇ ਪੁੱਛਣਗੇ, ਹਨਾ। ਸੋ ਹਉ ਤਰਸਦੀਆਂ ਨਜ਼ਰਾਂ ਨਾਲ ਵੇਖਣਗੇ। ਪਰ ਮੈਨੂੰ ਬਹੁਤ ਚੰਗਾ ਲੱਗਦਾ ਸੀ ਮੈਡਮ ਜਦੋਂ ਦੱਸਦੇ ਸੀ ਵੀ ਮੇਰੇ ਬ੍ਰਦਰ ਨੂੰ ਮੇਰੇ ਪੇਰੈਂਟਸ ਹਰ ਫੰਕਸ਼ਨ 'ਤੇ ਲੈ ਕੇ ਜਾਂਦੇ ਆ, ਹਰ ਸੈਮੀਨਾਰ 'ਤੇ, ਹਰ ਮਤਲਬ ਕੋਈ ਵੀ ਇਵੈਂਟ ਹੋਵੇ ਨਾ ਉਹਨਾਂ ਨੇ ਲੈ ਕੇ ਜਾਣਾ ਵੀ ਬੱਚੇ ਦੇ ਅੰਦਰ ਹੀਣ ਭਾਵਨਾ ਨਾ ਪੈਦਾ ਹੋਵੇ। ਔਰ ਡਾਕਟਰਸ ਨੇ ਇਹ ਕਹਿ ਦਿੱਤਾ ਸੀਗਾ ਵੀ ਇਹ ਬੱਚਾ ਕਦੇ ਤੁਰ ਫਿਰ ਨਹੀਂ ਸਕਦਾ, ਪਰ ਉਹਨਾਂ ਨੇ ਕਹਿਣਾ ਵੀ ਮੇਰੀ ਮਾਂ ਨੇ ਦੇਸੀ ਘੇ ਨਾਲ ਉਹਦੀਆਂ ਲੱਤਾਂ ਦੀ ਮਾਲਿਸ਼ ਕਰਨੀ ਅਤੇ ਅੱਜ ਉਹ ਬੱਚਾ ਬੜਾ ਵਧੀਆ ਤੁਰ ਫਿਰ ਵੀ ਸਕਦਾ, ਸਾਰਾ ਕੁਛ ਕਰਦਾ ਔਰ ਪੜ੍ਹਾਈ ਦੇ ਵਿੱਚ ਬਹੁਤ ਵਧੀਆ। ਹਾਂ, ਮੈਂ ਅਕਸਰ ਵੇਖਿਆ ਇਹੋ ਜਿਹੇ ਬੱਚਿਆਂ ਦਾ ਦਿਮਾਗ ਬਹੁਤ ਬਹੁਤ ਜ਼ਿਆਦਾ ਤੇਜ਼ ਹੁੰਦਾ ਜੀ। ਸੋ ਖੈਰ, ਜਿਉਂਦੇ ਵੱਸਦੇ ਰਹਿਣ ਜੀ, ਹੈ ਨਾ। ਪਰ ਇਹ ਜਿਹੜਾ ਬੱਚਾ ਹੈ ਜੇ ਪ੍ਰਿਯੰਕਾ ਜੀ ਦੀ ਮੈਂ ਗੱਲ ਕਰ ਰਹੀ ਹਾਂ, ਇਹ ਕੁੜੀ ਤੁਸੀਂ ਵੇਖੋ ਕਿ ਕਹਿੰਦੀ ਮੈਂ ਨਾ ਜੇ ਸਕੇਟਿੰਗ ਦੀ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਸਕੇਟਿੰਗ ਦੇ ਬਾਰੇ 'ਚ ਟੀਵੀ 'ਤੇ ਦੇਖਿਆ ਸੀ। ਅੱਛਾ! ਟੀਵੀ 'ਤੇ ਬੱਚਿਆਂ ਨੂੰ ਸਕੇਟਿੰਗ ਕਰਦਿਆਂ ਵੇਖਿਆ ਅਤੇ ਮੈਂ ਆਪਣੀ ਮਾਂ ਨੂੰ ਕਿਹਾ ਵੀ ਮੰਮੀ ਮੈਂ ਵੀ ਕਰਨੀ ਹੈ, ਹੈ ਨਾ, ਮੈਂ ਵੀ ਇਹ ਕੰਮ ਕਰਨਾ ਚਾਹੁੰਦੀ ਹਾਂ। ਅਤੇ ਫਿਰ ਉਹਨਾਂ ਦੇ ਮਾਤਾ ਜੀ ਕਹਿੰਦੇ ਕਿ ਮੈਂ, ਕਿਉਂਕਿ ਬਚਪਨ ਦੀ ਜੇ ਗੱਲ ਕੀਤੀ ਜਾਏ, ਪ੍ਰਿਯੰਕਾ ਕਹਿੰਦੇ ਕਿ ਬਹੁਤ ਦੇਰ ਤੱਕ ਬੋਲੀ ਨਹੀਂ। ਓ ਅੱਛਾ! ਛੋਟੀ ਜਿਹੀ ਸੀ, ਉਹਨੂੰ ਬੋਲਣ ਦੇ ਵਿੱਚ ਬਹੁਤ ਜ਼ਿਆਦਾ ਦੇਰੀ ਲਗਾਈ, ਉਸ ਤੋਂ ਬਾਅਦ ਜੇ ਬੋਲਣ 'ਚ ਦੇਰੀ ਲਗਾਈ ਉਸੇ ਵਜ੍ਹਾ ਦਾ ਕਰਕੇ ਉਹਨੂੰ ਸਕੂਲ ਦੇ ਵਿੱਚ ਅਸੀਂ ਲੇਟ ਦਾਖਲ ਕਰਾਇਆ, ਜਿਹਦੇ ਕਰਕੇ ਸਾਰਾ ਕੁਛ ਲੇਟ 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 ਹੁੰਦਾ ਗਿਆ, ਹੈ ਨਾ। ਅਤੇ ਕਹਿੰਦੇ ਜਦੋਂ ਸਕੂਲ ਦੇ ਵਿੱਚ ਪੜ੍ਹਦੀ ਸੀ ਤਾਂ ਇੱਕ ਦਿਨ ਉਹਦੇ ਟੀਚਰਸ ਨੇ ਇੱਕ ਸਰਟੀਫਿਕੇਟ ਮੇਰੇ ਹੱਥ ਦੇ ਵਿੱਚ ਦਿੱਤਾ। ਉਹ ਸਰਟੀਫਿਕੇਟ ਇਹ ਸੀ ਕਿ ਤੁਹਾਡੇ ਬੱਚੇ ਦਾ IQ ਲੈਵਲ ਬਹੁਤ ਘੱਟ ਹੈ। ਓ ਅੱਛਾ! ਆਮ ਬੱਚਿਆਂ ਦਾ ਜਿਹੜਾ IQ ਲੈਵਲ ਹੈ ਉਹ 80 ਤੋਂ 85 ਹੁੰਦਾ, ਹੈ ਨਾ, ਉਹਦੀ ਜਿਹੜੀ ਅੰਕ ਨੇ ਉਹ 80 ਤੋਂ 85 ਹੁੰਦੇ ਨੇ, ਪਰ ਪ੍ਰਿਯੰਕਾ ਦਾ ਜਿਹੜਾ ਉਹ IQ ਲੈਵਲ ਹੈ ਉਹ ਸਿਰਫ 65 ਤੋਂ 70 ਹੈ। ਓ ਅੱਛਾ! ਹੈ ਨਾ। ਔਰ ਕਹਿੰਦੇ ਮੈਨੂੰ ਬੜਾ ਧੱਕਾ ਲੱਗਿਆ, ਹੁੰਦਾ ਹੀ ਹੈ, ਹੈ ਨਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਜੀ ਜੀ। ਕਹਿੰਦੇ ਮੈਨੂੰ ਬੜਾ ਧੱਕਾ ਲੱਗਿਆ, ਪਰ ਜਦੋਂ ਮੈਂ ਪ੍ਰਿਯੰਕਾ ਦੇ ਮੂੰਹੋਂ ਇਹ ਸੁਣਿਆ ਕਿ ਮੈਂ ਇਹ ਸੁਪਨਾ ਵੇਖਿਆ ਹੈ ਅਤੇ ਮੈਂ ਵੀ ਸਕੇਟਿੰਗ ਕਰਨਾ ਚਾਹੁੰਦੀ ਹਾਂ, ਅਤੇ ਕਹਿੰਦੇ ਮੈਂ ਸੋਚਿਆ ਵੀ ਹੁਣ ਸਾਰਾ ਕੁਛ ਛੱਡ ਕੇ ਮੈਂ ਇਸ ਵਾਲੇ ਬੰਨੇ ਨੂੰ ਤੁਰ ਪਵਾਂ, ਵੀ ਮੈਂ ਇਹਦਾ ਇਹ ਸੁਪਨਾ ਜ਼ਰੂਰ ਪੂਰਾ ਕਰਨਾ। ਜੋ ਦਾ ਰੁਝਾਨ ਹੈ, ਹੋ ਸਕਦਾ ਉਧਰ ਨੂੰ ਦਿਮਾਗ ਜ਼ਿਆਦਾ ਵਧੀਆ। ਕਹਿੰਦੇ ਕਿ ਪ੍ਰਿਯੰਕਾ ਹਮੇਸ਼ਾ ਕਹਿੰਦੇ ਹੁੰਦੇ ਸੀ ਮੈਂ ਭਾਰਤ ਲਈ ਖੇਡਣਾ ਚਾਹੁੰਦੀ ਹਾਂ। ਵਾਹ! ਹੈ ਨਾ। ਅਤੇ ਕਹਿੰਦੇ ਮੈਂ ਕਿਹਾ ਵੀ ਇਹਦਾ ਇਹ ਸੁਪਨਾ ਮੈਂ ਜ਼ਰੂਰ ਪੂਰਾ ਕਰੂੰਗੀ ਅਤੇ ਇਸ ਲਈ ਮੈਂ ਆਪਣਾ ਸਾਰਾ ਜ਼ੋਰ ਇਸ ਬੰਨੇ ਲਗਾ ਦਿੱਤਾ ਵੀ ਉਹਨੂੰ ਵਧੀਆ ਕੋਚ ਮੁਹੱਈਆ ਕਰਵਾਵਾਂ, ਉਹਨੂੰ ਵਧੀਆ ਟ੍ਰੇਨਿੰਗ ਸਕੂਲ ਦੇ ਵਿੱਚ ਪਾਵਾਂ, ਉਹਨੂੰ ਇਸ ਖੇਡ ਦੇ ਨਾਲ ਜੋੜਾਂ ਤਾਂ ਜੋ ਅੱਗੇ ਵੱਧ ਸਕੇ। ਬਿਲਕੁਲ ਬਿਲਕੁਲ। ਔਰ ਜਦੋਂ ਹਰਮਨ ਜੀ ਆਪਾਂ ਸਕੇਟਿੰਗ ਦੀ ਗੱਲ ਕਰਦੇ ਨਾ ਤਾਂ ਕਿੰਨਾ ਬੈਲੈਂਸ ਬਣਾਉਣਾ ਪੈਂਦਾ, ਤੁਹਾਨੂੰ ਫਿਜ਼ੀਕਲੀ ਨਹੀਂ ਤੁਹਾਨੂੰ ਮੈਂਟਲੀ ਵੀ ਬਹੁਤ ਜ਼ਿਆਦਾ ਬੈਲੈਂਸ ਬਣਾਉਣਾ ਪੈਂਦਾ। ਸੋ ਇਹ ਬਹੁਤ ਔਖਾ ਕੰਮ ਹੈ ਜਿਹੜਾ ਪ੍ਰਿਯੰਕਾ ਨੇ ਕਰ ਵਿਖਾਇਆ। ਪਰ ਮੈਂ ਉਹਨਾਂ ਦੇ ਕੋਚ ਦੀ ਵੀ ਦੱਸ ਦੇਣਾ ਚਾਹੁੰਦੀ ਹਾਂ, ਉਹਨਾਂ ਨੂੰ ਸਲਾਮ ਹੈ ਵਾਕਈ। ਉਹਨਾਂ ਦੇ ਕੋਚ ਜਿਹੜੇ ਉਹ ਕਹਿੰਦੇ ਕਿ ਠੀਕ ਹੈ, ਜਦੋਂ ਪ੍ਰਿਯੰਕਾ ਮੇਰੇ ਕੋਲ ਆਈ ਤਾਂ ਮੈਨੂੰ ਥੋੜ੍ਹਾ ਜਿਹਾ ਉਹਦੇ ਵੱਲ ਧਿਆਨ ਵੱਧ ਦੇਣਾ ਪਿਆ, ਹੈ ਨਾ, ਕਿਉਂਕਿ ਇਹੋ ਜਿਹੇ ਬੱਚੇ ਨੂੰ ਕਹਿੰਦੇ ਜਿਹੜਾ ਸਪੈਸ਼ਲ ਬੱਚਾ ਹੁੰਦਾ ਉਹਨੂੰ ਆਪਣੀ ਗੱਲ ਸਮਝਾਉਣਾ ਵੀ ਔਖਾ ਹੁੰਦਾ, ਉਹਨੂੰ ਤਰੀਕੇ ਦੱਸਣੇ ਵੀ ਔਖੇ ਹੁੰਦੇ ਨੇ, ਉਹਨੂੰ ਸਟ੍ਰੈਟੇਜੀ ਸਮਝਾਉਣੀਆਂ ਔਖੀਆਂ ਹੁੰਦੀਆਂ ਨੇ। ਪਰ ਕਹਿੰਦੇ ਅਸੀਂ ਉਹਦੇ ਲਈ ਇੱਕ ਵੱਖਰੀ ਸਟ੍ਰੈਟੇਜੀ ਜਿਹੜੀ ਆ ਉਹ ਅਪਣਾਉਂਦੇ ਹਾਂ ਜਿਹੜੇ ਸਪੈਸ਼ਲ ਬੱਚੇ ਹੁੰਦੇ ਨੇ ਉਹਨਾਂ ਦੇ ਲਈ, ਕਿ ਅਸੀਂ ਉਹਨਾਂ ਨੂੰ ਪਹਿਲਾਂ ਰੰਗਾਂ ਨਾਲ ਖੇਡਣਾ ਸਿਖਾਉਂਦੇ ਹਾਂ, ਕਿ ਜਿਵੇਂ ਰੈੱਡ ਕਲਰ ਦੀ ਕੋਈ ਚੀਜ਼ ਆ, ਹੈ ਨਾ,
ਕਿ ਬੱਚੇ ਦੇ ਦਿਮਾਗ ਦੇ ਉੱਪਰ ਕਹਿ ਲਓ ਜਾਂ ਬੱਚੇ ਨੂੰ ਇਹ ਗੱਲ ਇਨਡਾਇਰੈਕਟਲੀ ਸਮਝਾਉਣਾ ਕਿ ਉਹ ਮੇਰਾ ਆਰਡਰ ਮੰਨੇ ਜਿਵੇਂ ਜਿਵੇਂ ਮੈਂ ਉਹਨੂੰ ਤੋਰਨਾ ਚਾਹੁੰਦਾ ਜੋ ਜੋ ਮੈਂ ਉਹਨੂੰ ਸਿਖਾਉਣਾ ਚਾਹੁੰਦਾ ਉਹ ਸਿੱਖੇ। ਕਹਿੰਦੇ ਜਦੋਂ ਬੱਚਾ ਸਾਡੇ ਕਹੇ ਅਨੁਸਾਰ ਤੁਰਨ ਫਿਰਨ ਲੱਗ ਜਾਂਦਾ ਹੈ, ਸਾਡੇ ਕਹੇ ਅਨੁਸਾਰ ਕੰਮ ਕਰ ਲੱਗ ਜਾਂਦਾ, ਫਿਰ ਅਸੀਂ ਉਹਨੂੰ ਖੇਡ ਦੇ ਬਾਰੇ ਚ ਦੱਸਣਾ ਸ਼ੁਰੂ ਕਰਦੇ ਹਾਂ, ਫਿਰ ਉਹਦਾ ਰੁਝਾਨ ਇਧਰਲੇ ਵਾਲੇ ਪਾਉਣੇ ਸ਼ੁਰੂ ਕਰਦੇ ਹਾਂ। ਔਰ ਮੈਨੂੰ ਬੜੀ ਖੁਸ਼ੀ ਹੈ ਕਹਿੰਦੇ ਕਿ ਪ੍ਰਿਅੰਕਾ ਅੱਜ ਇਸ ਪੱਧਰ ਦੇ ਉੱਪਰ ਪਹੁੰਚੀ ਹੈ ਔਰ ਉਹ ਖੇਡ ਦੇ ਵਿੱਚ ਆਪਣਾ ਨਾਂ ਚਮਕਾਉਂਦੀ। ਔਰ ਤੁਸੀਂ ਇਹ ਵੇਖੋ ਕਿ ਮੈਨੂੰ ਉਸ ਕੁੜੀ ਦੀ ਇੱਕ ਗੱਲ ਜਿਹੜੀ ਮੇਰੇ ਦਿਲ ਨੂੰ ਛੂਹ ਗਈ ਹੈ ਨਾ, ਉਹ ਕਹਿੰਦੀ ਕਿ ਡਿੱਗਣ ਦੇ ਡਰ ਤੋਂ ਕਦੇ ਵੀ ਤੁਰਨਾ ਨਾ ਛੱਡੋ। ਕਿਆ ਬਾਤ! ਕਹਿੰਦੀ ਕਿ ਜੇਕਰ ਇਨਸਾਨ ਇੱਕ ਵਾਰ ਡਿੱਗਦਾ ਹੈ ਤੁਹਾਨੂੰ ਦੁਬਾਰਾ ਕੋਸ਼ਿਸ਼ ਕਰਨੀ ਚਾਹੀਦੀ ਹੈ ਉੱਠ ਕੇ, ਫੇਰ ਹੀ ਉਹ ਅੱਗੇ ਨਿਕਲ ਪਾਉਂਦਾ ਹੈ ਨਾ। ਔਰ ਮੈਨੂੰ ਬੜੀ ਖੁਸ਼ੀ ਹੋਈ ਉਹਦੇ ਜਜ਼ਬੇ ਨੂੰ ਵੇਖ ਕੇ, ਉਹਦੀ ਇਸ ਗੱਲ ਨੂੰ ਸੁਣ ਕੇ ਕਿ ਵਾਹ ਕਿਆ ਸੋਚ ਹੈ। ਔਰ ਸੋਚ ਦੇ ਨਾਲ ਤਾਂ ਬੰਦਾ ਕਹਿੰਦੇ ਵੀ ਵੱਡੇ ਤੋਂ ਵੱਡਾ ਪਹਾੜ ਵੀ ਸਰ ਕਰ ਜਾਂਦਾ। ਬਿਲਕੁਲ, ਬਹੁਤ ਸੋਹਣੀ ਤੁਸੀਂ ਗੱਲ ਕਹੀ ਔਰ ਬਹੁਤ ਸੋਹਣੀ ਤੁਸੀਂ ਕਹਾਣੀ ਸੁਣਾਈ। ਇਹੋ ਜਿਹੀ ਕਹਾਣੀ ਇੱਕ ਮੇਰੇ ਕੋਲ ਵੀ ਹੈ ਜੀ, ਪਰ ਉਹ ਮੈਂ ਵਕਫੇ ਤੋਂ ਬਾਅਦ ਸੁਣਾਉਂਗੀ। ਜ਼ਰੂਰ। ਪ੍ਰਾਈਮ ਏਸ਼ੀਆ ਟੀਵੀ 'ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਵੂਮੈਨ ਦੇ ਵਿੱਚ। ਮੈਂ ਹਰਮਨ ਥਿੰਦ, ਮੇਰੇ ਨਾਲ ਕੁਸਮ ਸੋਨੀਆ ਜੀ, ਅਤੇ ਹੁਣ ਦੱਸੋ ਕੁਸਮ ਜੀ ਤੁਸੀਂ ਕਿਹੜੀ ਗੱਲ ਸੁਣਾਉਣੀ ਸੀ? ਜੀ ਮੈਂ ਜਿਹੜੀ ਗੱਲ ਸੁਣਾਉਣੀ ਸੀ, ਜਿਵੇਂ ਤੁਸੀਂ ਸੁਣਾਈ ਕਿ ਸਪੈਸ਼ਲ ਚਾਈਲਡ ਦੀ ਜਿਹੜੀ ਤੁਸੀਂ ਸਟੋਰੀ ਸੁਣਾਈ, ਜਿਹਨੇ ਪੰਖ ਲਗਾਈ ਹੈ ਨਾ ਆਪਣੀ ਜ਼ਿੰਦਗੀ ਨੂੰ, ਆਪਣੀ ਖੰਭ ਲਾਏ ਜਿਹਨੇ, ਸੋ ਇਸੇ ਤਰ੍ਹਾਂ ਦੀ ਇੱਕ ਸਟੋਰੀ ਹੈ ਡਾਕਟਰ ਰਾਜ ਲਕਸ਼ਮੀ ਦੀ। ਦਰਅਸਲ ਡਾਕਟਰ ਰਾਜ ਲਕਸ਼ਮੀ ਵੀਲ ਚੇਅਰ 'ਤੇ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਨੀਚੇ ਵਾਲਾ ਜਿਹੜਾ ਹਿੱਸਾ ਹੈ ਸਰੀਰ ਦਾ ਉਹਨੂੰ ਲਕਵਾ ਮਾਰ ਗਿਆ ਹੈ, ਪਰ ਉਹ ਫਿਰ ਵੀ ਤੁਸੀਂ ਦੇਖੋ ਇਸ ਕੁੜੀ ਦਾ ਜਜ਼ਬਾ ਕਿ ਇਹ ਬੈਂਗਲੌਰ ਦੀ ਰਹਿਣ ਵਾਲੀ ਹੈ ਔਰ ਇਹ ਦਿਵਿਆਂਗ ਗੋਲਡ ਮੈਡਲਿਸਟ ਆਰਥੋਡੈਂਟਿਸਟ ਹੈ ਔਰ ਕਰਨਾਟਕ ਦੀ ਪਹਿਲੀ ਗੋਲਡ ਮੈਡਲਿਸਟ ਹੈ। ਪਰ ਤੁਸੀਂ ਦੇਖੋ ਵੀ ਇਹ ਜਿਹੜਾ ਸਫ਼ਰ ਇਹਨੇ ਤੈਅ ਕੀਤਾ ਗੋਲਡ ਮੈਡਲਿਸਟ ਬਣਨ ਦਾ ਜਾਂ ਆਰਥੋਡੈਂਟਿਸਟ ਬਣਨ ਦਾ, ਉਹ ਸਫ਼ਰ ਸੌਖਾ ਨਹੀਂ ਸੀ, ਉਹ ਬਹੁਤ ਜ਼ਿਆਦਾ ਔਖਾ ਸੀ, ਉਹ ਬਹੁਤ ਜ਼ਿਆਦਾ ਔਕੜਾਂ ਨਾਲ ਭਰਿਆ ਹੋਇਆ ਸੀ। ਪਰ ਡਾਕਟਰ ਰਾਜ ਲਕਸ਼ਮੀ ਦਾ ਕਹਿਣਾ ਹੈ ਵੀ ਮੈਂ ਇੱਕੋ ਚੀਜ਼ ਆਪਣੇ ਮਨ ਦੇ ਅੰਦਰ ਧਾਰੀ ਹੋਈ ਸੀਗੀ ਕਿ ਜ਼ਿੰਦਗੀ ਦਾ ਜਿਹੜਾ ਇਹ ਪ੍ਰਸ਼ਨ ਪੱਤਰ ਮੇਰੇ ਸਾਹਮਣੇ ਆਇਆ ਹੈ, ਇਹ ਜਿਹੜਾ ਕੁਐਸਚਨੀਅਰ ਮੇਰੇ ਸਾਹਮਣੇ ਰੱਖਿਆ ਗਿਆ ਹੈ, ਇਹਨੂੰ ਮੈਂ ਇੱਕ ਇੱਕ ਕਰਕੇ ਹੱਲ ਕਰਨਾ ਹੈ, ਇਹਦੇ ਤੋਂ ਡਰਨਾ ਨਹੀਂ ਹੈ, ਮੈਂ ਇਸ ਐਗਜ਼ਾਮ ਨੂੰ ਛੱਡ ਕੇ ਨਹੀਂ ਦੌੜਨਾ, ਮੈਂ ਮੈਦਾਨ ਨਹੀਂ ਛੱਡਣਾ, ਮੈਂ ਹੌਲੀ ਹੌਲੀ ਇਸ ਪ੍ਰਸ਼ਨ ਪੱਤਰ ਨੂੰ ਹੱਲ ਕਰਾਂਗੀ, ਇਹਦੇ ਜਵਾਬ ਦਿਆਂਗੀ ਅਤੇ ਆਖਿਰ ਦੇ ਵਿੱਚ ਮੈਂ ਇਹਨੂੰ ਪਾਸ ਜ਼ਰੂਰ ਕਰਨਾ। ਸੋ ਉਹ ਕਹਿੰਦੀ ਕਿ ਬਚਪਨ ਦੇ ਵਿੱਚ ਜਦੋਂ ਉਹ ਗੱਲ ਸੁਣਾਉਂਦੀ ਹੈ ਕਿ ਇਹਨਾਂ ਦੇ ਜਿਹੜੇ ਮਾਤਾ ਪਿਤਾ ਸੀ ਉਹ ਦੋਵੇਂ ਡਾਕਟਰ ਸੀ ਔਰ ਉਹਨਾਂ ਨੂੰ ਇਹ ਲੋਕਾਂ ਦੀ ਸੇਵਾ ਕਰਦੇ ਹੋਏ ਦੇਖਦੀ ਹੁੰਦੀ ਸੀ ਔਰ ਇਹ ਕਹਿੰਦੇ ਸੀ ਕਿ ਮੈਨੂੰ ਬਹੁਤ ਮਾਣ ਮਹਿਸੂਸ ਹੈ ਕਿ ਮੇਰੇ ਦੋਵੇਂ ਮਾਤਾ ਪਿਤਾ ਨੂੰ ਉੱਥੋਂ ਦੇ ਲੋਕ ਦੇਵਰੂ ਕਹਿੰਦੇ ਸੀ। ਦੇਵਰੂ ਸ਼ਬਦ ਦਾ ਅਰਥ ਹੈ ਭਗਵਾਨ, ਕੰਨੜ ਭਾਸ਼ਾ ਦੇ ਵਿੱਚ ਦੇਵਰੂ ਕਿਹਾ ਜਾਂਦਾ ਜਿਹਨੂੰ ਲੋਕ ਭਗਵਾਨ ਕਹਿੰਦੇ ਨੇ। ਸੋ ਕਹਿੰਦੀ ਮੇਰੇ ਮਾਤਾ ਪਿਤਾ ਨੂੰ ਲੋਕ ਦੇਵਰੂ ਕਹਿੰਦੇ ਸੀ, ਭਗਵਾਨ ਕਹਿੰਦੇ ਸੀ ਕਿਉਂਕਿ ਉਹ ਲੋਕਾਂ ਦੀ ਮਦਦ ਬਹੁਤ ਕਰਦੇ ਸੀ। ਤਾਂ ਕਹਿੰਦੀ ਉੱਥੋਂ ਹੀ ਮੇਰੇ ਮਨ ਦੇ ਵਿੱਚ ਵੀ ਇਹ ਭਾਵ ਪੈਦਾ ਹੋਇਆ ਕਿ ਮੈਂ ਵੀ ਡਾਕਟਰ ਬਣਨਾ, ਕਿ ਮੈਂ ਵੀ ਜਦੋਂ ਵੀ ਕਦੇ ਮੈਨੂੰ ਮੌਕਾ ਮਿਲਿਆ ਕਿ ਮੈਂ ਜ਼ਿੰਦਗੀ 'ਚ ਕੁਛ ਬਣਨਾ ਤਾਂ ਮੈਂ ਡਾਕਟਰ ਹੀ ਬਣਾਂਗੀ। ਪਰ ਕਹਿੰਦੀ ਮੈਨੂੰ ਨਹੀਂ ਸੀ ਪਤਾ ਕਿ ਉਸ ਤੋਂ ਪਹਿਲਾਂ ਮੇਰੇ ਨਾਲ ਇੰਨੀਆਂ ਜ਼ਿਆਦਾ ਘਟਨਾਵਾਂ ਹੋ ਜਾਣੀਆਂ ਨੇ ਵੀ ਡਾਕਟਰ ਬਣਨ ਤੱਕ ਦਾ ਸਫ਼ਰ ਆ ਜਿਹੜਾ ਉਹ ਬਹੁਤ ਹੀ ਜ਼ਿਆਦਾ ਔਖਾ ਹੋ ਜਾਣਾ। ਸਭ ਤੋਂ ਪਹਿਲਾਂ ਜਦੋਂ ਰਾਜ ਲਕਸ਼ਮੀ 15 ਸਾਲ ਦੀ ਸੀਗੀ ਤਾਂ ਇਹਨਾਂ ਦੇ ਪਿਤਾ ਦੀ ਮੌਤ ਹੋ ਗਈ। ਓਹੋ, ਮਤਲਬ ਜਦੋਂ ਬੱਚੇ ਦਾ ਜਿਹੜਾ ਪ੍ਰੇਰਣਾ ਸਰੋਤ ਹੈ ਉਹੀ ਨਾ ਰਹੇ ਤਾਂ ਤੁਹਾਨੂੰ ਕਿੱਥੋਂ ਊਰਜਾ ਮਿਲੂਗੀ, ਤੁਹਾਨੂੰ ਕਿੱਥੋਂ ਸਕਾਰਾਤਮਕਤਾ ਮਿਲੂਗੀ। 15 ਸਾਲ ਦੀ ਉਮਰ ਦੇ ਵਿੱਚ ਜਦੋਂ ਪਿਤਾ ਦੀ ਮੌਤ ਹੋ ਗਈ, ਉਹਨਾਂ ਦੀ ਕਹਿੰਦੀ ਮੌਤ ਜਦੋਂ ਹੋਈ ਸੀ ਉਹ ਵੀ ਇਸ ਕਾਰਨ ਹੋਈ ਸੀ ਕਿ ਡਾਕਟਰਾਂ ਨੇ ਲਾਪਰਵਾਹੀ ਦੇ ਨਾਲ ਜਿਹੜਾ ਖੂਨ ਆ ਉਹ ਗਲਤ ਚਾੜ ਦਿੱਤਾ ਸੀ। ਉਹ ਕਹਿੰਦੀ ਮੈਨੂੰ ਇੰਨਾ ਦੁੱਖ ਹੋਇਆ ਕਿ ਮੈਂ ਚਾਹੁੰਦੀ ਸੀ ਵੀ ਮੈਂ ਡਾਕਟਰੀ ਦੇ ਕਿੱਤੇ ਵਿੱਚ ਪਾਵਾਂ ਔਰ ਇਹ ਜਿਹੜੇ ਕਰਪਟ ਡਾਕਟਰ ਨੇ ਜਿਹੜੇ ਇਹ ਇੱਦਾਂ ਲੋਕਾਂ ਦੀ ਜਾਨ ਲੈਂਦੇ ਨੇ ਇਹਨਾਂ ਦੇ ਖਿਲਾਫ ਲੜਾਂ ਔਰ ਮੈਂ ਇੱਕ ਬਹੁਤ ਹੀ ਇਹੋ ਜਿਹੀ ਡਾਕਟਰ ਬਣਾ ਕਿ ਜਿਹੜੀ ਲੋਕਾਂ ਦੀ ਸੇਵਾ ਕਰ ਸਕੇ। ਸੋ ਕਹਿੰਦੀ ਮੈਂ 12ਵੀਂ ਤੋਂ ਬਾਅਦ BDS ਦਾ ਕੋਰਸ ਕੀਤਾ, ਉਦੋਂ ਇਹ ਠੀਕ ਸੀ, ਉਦੋਂ ਇਹਨਾਂ ਦੀ ਲਕਵਾ ਨਹੀਂ ਮਾਰਿਆ ਹੋਇਆ ਸੀ। ਉਸ ਤੋਂ ਬਾਅਦ ਕਹਿੰਦੀ 2007 ਦੇ ਵਿੱਚ ਮੇਰੀ ਇੰਟਰਨਸ਼ਿਪ ਹੋਣੀ ਸੀਗੀ, ਉਸ ਦੌਰਾਨ ਕਹਿੰਦੀ ਮੈਂ ਇੱਕ ਕਾਨਫਰੰਸ ਦੇ ਵਿੱਚ ਚੇਨਈ ਦੇ ਵਿੱਚ ਜਾ ਰਹੀ ਸੀਗੀ, ਮੈਂ ਉੱਥੇ ਇੱਕ ਸਪੀਚ ਦੇਣੀ ਸੀਗੀ। ਸੋ ਉਦੋਂ ਕਹਿੰਦੀ ਜਦੋਂ ਮੈਂ ਚੇਨਈ ਵੱਲ ਨੂੰ ਜਾ ਰਹੀ ਸੀਗੀ ਤਾਂ ਸਵੇਰ ਦੇ ਟਾਈਮ ਰਸਤੇ ਦੇ ਵਿੱਚ ਮੇਰਾ ਐਕਸੀਡੈਂਟ ਹੋ ਗਿਆ ਔਰ ਉਹ ਐਕਸੀਡੈਂਟ ਇੰਨਾ ਜ਼ਿਆਦਾ ਬੁਰਾ ਸੀ ਕਿ ਪੂਰੀ ਰੀੜ੍ਹ ਦੀ ਹੱਡੀ ਜਿਹੜੀ ਹੈ ਉਹ ਡੈਮੇਜ ਹੋ ਗਈ, ਸਪਾਈਨਲ ਇੰਜਰੀ ਹੋ ਗਈ ਔਰ ਸਰੀਰ ਦਾ ਜੋ ਨਿਚਲਾ ਹਿੱਸਾ ਹੈ ਉਹਨੂੰ ਲਕਵਾ ਮਾਰ ਗਿਆ। ਉਸ ਤੋਂ ਬਾਅਦ ਕਹਿੰਦੀ ਜਦੋਂ ਪਿਤਾ ਚਲੇ ਗਏ ਸੀਗੇ
ਮੈਨੂੰ ਮੇਰੇ ਨਾਲ ਹੀ ਐਕਸੀਡੈਂਟ ਹੋ ਗਿਆ ਸੀਗਾ, ਮਾਂ ਦਾ ਹੌਸਲਾ ਵੀ ਬਹੁਤ ਪਸਤ ਸੀਗਾ। ਕਹਿੰਦੀ ਉਹ ਦੌਰ ਮੈਂ ਬਹੁਤ ਜ਼ਿਆਦਾ ਬੁਰਾ ਬਿਤਾਇਆ। ਔਰ ਇੱਕ ਦਿਨ ਕਹਿੰਦੀ ਕਿ ਹੌਸਪੀਟਲ ਦੇ ਵਿੱਚ ਕੀ ਹੋਇਆ ਕਿ ਜਦੋਂ ਮੈਨੂੰ ਹੋਸ਼ ਆਈ ਤਾਂ ਮੈਨੂੰ ਇਹ ਲੱਗਿਆ ਕਿ ਮੇਰੀ ਜੀਭ ਤੇ ਮੇਰੇ ਬੁੱਲ ਨਾ ਬਿਲਕੁਲ ਸੁੱਕ ਚੁੱਕੇ ਨੇ, ਮਤਲਬ ਮੈਂ ਹਿਲਾ ਵੀ ਨਹੀਂ ਪਾ ਰਹੀ ਸੀ, ਉਹਨਾਂ ਨੂੰ ਇੰਨਾ ਜ਼ਿਆਦਾ ਸੁੱਕ ਚੁੱਕੇ ਸੀ, ਮੈਂ ਬੋਲ ਨਹੀਂ ਪਾ ਰਹੀ ਸੀਗੀ। ਤੇ ਕਹਿੰਦੀ ਮੈਂ ਨਰਸ ਨੂੰ ਕਿਸ ਤਰ੍ਹਾਂ ਸਮਝਾਇਆ ਵੀ ਮੈਨੂੰ ਪਾਣੀ ਚਾਹੀਦਾ, ਤੇ ਕਹਿੰਦੀ ਉਹਨੇ ਸਿਰਫ 3 ਬੂੰਦਾਂ ਮੇਰੀ ਜੀਭ ਤੇ ਪਾਈਆਂ ਕਿਉਂਕਿ ਮੈਨੂੰ ਪਾਣੀ ਦੇਣਾ ਅਲਾਊਡ ਨਹੀਂ ਸੀ। ਕਹਿੰਦੀ ਸਿਰਫ 3 ਬੂੰਦਾਂ ਉਹਨੇ ਮੇਰੀ ਜੀਭ ਤੇ ਪਾਈਆਂ। ਕਹਿੰਦੀ ਉਦੋਂ ਮੈਨੂੰ ਪਤਾ ਲੱਗਿਆ ਪਾਣੀ ਦੀ ਅਹਿਮੀਅਤ ਕੀ ਹੁੰਦੀ ਹੈ, ਕਿ ਮਰਨ ਵਾਲੇ ਬੰਦੇ ਨੂੰ ਪੁੱਛੋ ਵੀ ਸਾਹਾਂ ਦੀ ਕਿੰਨੀ ਕੀਮਤ ਹੁੰਦੀ ਹੈ। ਕਹਿੰਦੀ ਉਹ ਚੀਜ਼ ਸੀ ਮੇਰੇ ਲਈ। ਔਰ ਕਹਿੰਦੀ ਉਸ ਤੋਂ ਬਾਅਦ ਮੈਂ ਪਾਣੀ ਨੂੰ ਬਚਾਉਣ ਦੇ ਲਈ ਵੀ ਮੁਹਿੰਮ ਜਿਹੜੀ ਹੈ ਉਹ ਛੇੜੀ ਰੱਖੀ, ਕਿਉਂਕਿ ਉਸਦੇ ਮੈਨੂੰ ਪਾਣੀ ਦੀ ਅਹਿਮੀਅਤ ਦਾ ਜਿਹੜਾ ਉਹ ਪਤਾ ਲੱਗਿਆ। ਉਸ ਤੋਂ ਬਾਅਦ ਕਹਿੰਦੀ ਮੈਨੂੰ ਡਾਕਟਰਾਂ ਨੇ ਇਹ ਕਹਿ ਦਿੱਤਾ ਵੀ ਹੁਣ ਤੁਸੀਂ ਸਾਰੀ ਉਮਰ ਵੀਲ ਚੇਅਰ 'ਤੇ ਰਹੋਗੇ, ਹੁਣ ਤੁਸੀਂ ਕਦੇ ਵੀ ਤੁਰ ਫਿਰ ਨਹੀਂ ਸਕਦੇ। ਪਰ ਕਹਿੰਦੀ ਮੇਰੀ ਇਹ ਅੰਦਰੋਂ ਇੱਕ ਭਾਵ ਸੀਗਾ ਵੀ ਨਹੀਂ, ਮੈਂ ਕਦੇ ਨਾ ਕਦੇ ਤਾਂ ਤੁਰੂ ਫਿਰੂੰਗੀ ਜ਼ਰੂਰ। ਪਰ ਕਹਿੰਦੀ ਹੋਇਆ ਕੀ ਕਿ ਮੇਰੇ ਨਾਲ ਵੀ ਉਹੀ ਪਾਪਾ ਵਾਲਾ ਜਿਹੜਾ ਸੀਨ ਦੁਹਰਾਇਆ ਗਿਆ ਕਿ ਮੇਰੀ ਜਿਹੜੀ ਸਰਜਰੀ ਕੀਤੀ ਗਈ ਉਹ ਅਸਫਲ ਹੋ ਗਈ ਡਾਕਟਰਾਂ ਦੀ ਲਾਪਰਵਾਹੀ ਕਰਕੇ। ਔਰ ਉਸ ਤੋਂ ਬਾਅਦ ਕਹਿੰਦੀ ਫਿਰ ਮੈਨੂੰ ਇਹ ਮੰਨਣਾ ਪਿਆ, ਮੈਨੂੰ ਇਹ ਸਵੀਕਾਰ ਕਰਨਾ ਪਿਆ ਕਿ ਵੀਲ ਚੇਅਰ ਹੀ ਮੇਰਾ ਹੁਣ ਦੋਸਤ ਬਣ ਚੁੱਕਿਆ। ਫਿਰ ਕਹਿੰਦੀ ਮੈਂ ਸੋਚਿਆ ਵੀ ਜੋ ਚੀਜ਼ ਦੇ ਦਿੱਤੀ ਕੁਦਰਤ ਨੇ, ਹੁਣ ਜੇ ਉਹਦੇ ਖਿਲਾਫ ਲੜੂੰਗੀ ਆਪਣੇ ਆਪ ਨੂੰ ਸਮਝਾਉਂਗੀ ਤਾਂ ਮੈਨੂੰ ਦੁੱਖ ਹੋਊਗਾ। ਉਸ ਚੀਜ਼ ਨੂੰ ਕਹਿੰਦੀ ਮੈਂ ਸਵੀਕਾਰ ਕਰ ਲਿਆ ਕਿ ਠੀਕ ਆ, ਜੇ ਮੈਂ ਵੀਲ ਚੇਅਰ ਮੇਰੇ ਹਿੱਸੇ ਆਈ ਆ ਤਾਂ ਮੈਂ ਇਹਨੂੰ ਹੁਣ ਸਵੀਕਾਰ ਕਰਨਾ। ਕਹਿੰਦੀ ਮੈਂ ਵੀਲ ਚੇਅਰ ਨੂੰ ਆਪਣੀ ਦੋਸਤ ਬਣਾ ਲਿਆ ਕਿ ਹੁਣ ਮੈਂ ਉਹਦੇ ਨਾਲ ਹੀ ਜਾਣਾ ਜਿੱਥੇ ਵੀ ਜਾਣਾ। ਉਸ ਤੋਂ ਬਾਅਦ ਕਹਿੰਦੀ ਕੀ ਹੋਇਆ ਕਿ ਚਲੋ ਲਾਈਫ ਜਿਹੜੀ ਆ ਉਹ ਠੀਕ ਠਾਕ ਚੱਲ ਰਹੀ ਸੀਗੀ, ਕਿਸੇ ਵੀ ਤਰ੍ਹਾਂ ਮੈਂ ਆਪਣੇ ਆਪ ਨੂੰ ਸਾਂਭ ਰਹੀ ਸੀਗੀ। ਕਹਿੰਦੀ ਇੱਕ ਦਿਨ ਕੀ ਹੋਇਆ ਕਿ ਮੇਰੇ ਪੈਰਾਂ ਦੇ ਉੱਤੇ ਖੂਨ ਦੇ ਧੱਬੇ ਬਣੇ ਹੋਏ ਸੀਗੇ। ਅੱਛਾ। ਔਰ ਉਹਨਾਂ ਦੇ ਉੱਪਰ ਕੀੜੀਆਂ ਚਿੰਬੜੀਆਂ ਹੋਈਆਂ ਸੀ, ਮਤਲਬ ਕੀੜੀਆਂ ਨੇ ਉਹਦੇ ਪੈਰ ਜਿਹੜੇ ਛਿਲ ਛਿਲ ਕੇ ਖੂਨ ਕੱਢ ਦਿੱਤਾ ਸੀਗਾ। ਔਰ ਕਹਿੰਦੀ ਮੈਂ ਇਹ ਦੇਖ ਰਹੀ ਸੀਗੀ ਕਿ ਇਹ ਕੀੜੀਆਂ ਮੈਨੂੰ ਖਾ ਰਹੀਆਂ ਨੇ ਪਰ ਮੈਨੂੰ ਫੀਲ ਕਿਉਂ ਨਹੀਂ ਹੋ ਰਿਹਾ। ਉਦੋਂ ਕਹਿੰਦੀ ਮੈਨੂੰ ਪਤਾ ਲੱਗਿਆ ਕਿ ਮੈਂ ਆਪਣੇ ਨਿਚਲੇ ਸਰੀਰ ਦੀ ਸੈਂਸੇਸ਼ਨ ਜਿਹੜੀ ਆ ਉਹ ਖੋ ਚੁੱਕੀ ਹਾਂ, ਕਿ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਕੋਈ ਕੀੜਾ ਕੱਟ ਰਿਹਾ ਹੈ, ਕੁਛ ਹੋ ਰਿਹਾ ਹੈ, ਮੈਨੂੰ ਅਹਿਸਾਸ ਹੀ ਖਤਮ ਹੋ ਗਿਆ। ਕਹਿੰਦੀ ਉਹ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਦੁਖਦ ਦਿਨ ਸੀ ਕਿ ਮੈਂ ਕੀ ਕਰੂੰਗੀ, ਮੈਂ ਅੱਗੇ ਕਿਵੇਂ ਵਧੂੰਗੀ, ਇਹ ਕੀ ਹੋ ਰਿਹਾ ਮੇਰੇ ਨਾਲ, ਹੈ ਨਾ। ਪਰ ਕਹਿੰਦੀ ਫਿਰ ਵੀ ਮੈਂ ਹੌਸਲਾ ਰੱਖਿਆ, ਠੀਕ ਆ, ਮੇਰੀ ਮਾਂ ਨੇ ਵੀ ਮੇਰਾ ਸਾਥ ਦੇਣਾ ਸ਼ੁਰੂ ਕੀਤਾ। ਫਿਰ ਕਹਿੰਦੀ ਮੈਂ ਕਾਰ ਸਿੱਖੀ, ਕਾਰ ਦੇ ਵਿੱਚ ਕੁਛ ਬਦਲਾਅ ਕੀਤੇ ਗਏ ਵੀ ਉਹ ਹੱਥ ਨਾਲ ਕੰਟਰੋਲ ਹੋ ਸਕੇ। ਉਸ ਤੋਂ ਬਾਅਦ ਕਹਿੰਦੀ ਮੈਂ ਫਿਰ ਇੱਕ ਵਾਰੀ ਉੱਠ ਕੇ ਖੜੀ ਹੋਈ, ਆਪਣੇ ਆਪ ਨੂੰ ਸੰਭਾਲਿਆ, ਹੈ ਨਾ, ਆਪਣੇ ਆਪ ਨੂੰ ਸਮਝਾਇਆ, ਹੌਸਲਾ ਕੀਤਾ। ਉਸ ਤੋਂ ਬਾਅਦ ਕਹਿੰਦੀ ਮੈਂ ਔਰਥੋਡੈਂਟਿਸਟ ਦੀ ਮਾਸਟਰਸ ਜਦੋਂ ਕਰਨੀ ਸੀਗੀ ਤਾਂ ਕਹਿੰਦੀ ਮੇਰੇ ਟੀਚਰਸ ਮੈਨੂੰ ਕਹਿੰਦੇ ਵੀ ਇਹ ਮਾਸਟਰਸ ਜਦੋਂ ਤੂੰ ਕਰੇਂਗੀ ਤਾਂ ਇਹ ਬਹੁਤ ਹੀ ਔਖਾ ਕੰਮ ਆ, ਹੈ ਨਾ, 24 ਘੰਟੇ ਤੈਨੂੰ ਕੰਮ ਕਰਨਾ ਪੈਣਾ ਆ, ਪ੍ਰੈਕਟੀਕਲ ਵਰਕ ਹੋਏਗਾ, ਪੜ੍ਹਨਾ ਪਏਗਾ, ਤੂੰ ਇੰਨਾ ਕੁਛ ਕਿਵੇਂ ਕਰੇਂਗੀ, ਹੈ ਨਾ। ਪਰ ਕਹਿੰਦੀ ਮੈਂ ਸੋਚਿਆ ਵੀ ਜੇ ਮੈਂ ਉਹ ਆਪਣੇ ਸਰੀਰ ਦੇ ਉੱਤੇ ਕੀੜੀਆਂ ਚੱਲਦੀਆਂ ਵੇਖ ਸਕਦੀ ਹਾਂ ਤਾਂ ਮੈਂ ਕੁਛ ਵੀ ਕਰ ਸਕਦੀ ਹਾਂ। ਕਹਿੰਦੀ ਉਸ ਘਟਨਾ ਨੇ ਮੈਨੂੰ ਇੰਨਾ ਜ਼ਿਆਦਾ ਸਖਤ ਬਣਾ ਦਿੱਤਾ, ਇੰਨਾ ਜ਼ਿਆਦਾ ਹੌਸਲੇ ਵਾਲੀ ਬਣਾ ਦਿੱਤਾ ਕਿ ਮੈਂ ਉਹਨਾਂ ਨੂੰ ਕਹਿਤਾ ਵੀ ਨਹੀਂ ਮੈਂ ਇਹ ਕਰੂੰਗੀ ਹੀ ਕਰੂੰਗੀ। ਔਰ ਕਹਿੰਦੀ ਮੇਰੇ ਉਸੇ ਜਜ਼ਬੇ ਨੇ ਇਹ ਜਿਹੜਾ ਮੇਰੇ ਸਾਹਮਣੇ ਨਤੀਜਾ ਲਿਆਂਦਾ ਕਿ ਮੈਂ ਕਰਨਾਟਕ ਦੀ ਪਹਿਲੀ ਗੋਲਡ ਮੈਡਲਿਸਟ ਬਣੀ ਔਰ ਦੇਸ਼ ਦੀ ਪਹਿਲੀ ਵੀਲ ਚੇਅਰ ਵਾਲੀ ਪਹਿਲੀ ਔਰਥੋਡੈਂਟਿਸਟ ਬਣੀ। ਔਰ ਕਹਿੰਦੀ ਉਸ ਤੋਂ ਬਾਅਦ ਮੈਂ ਇਹ ਵੀ ਸਿਹਾ ਕਿ ਮੈਨੂੰ ਕੋਈ ਨੌਕਰੀ ਨਹੀਂ ਦੇ ਰਿਹਾ ਸੀਗਾ, ਕਿਉਂਕਿ ਲੋਕ ਮੈਨੂੰ ਕਹਿੰਦੀ ਵੀਲ ਚੇਅਰ 'ਤੇ ਬੈਠੀ ਦੇਖ ਕੇ ਨਾ ਵਿਕਲਾਂਗ ਸਮਝ ਕੇ ਮੇਰੇ ਤੇ ਤਰਸ ਕਰਦੇ ਸੀਗੇ ਔਰ ਮੈਨੂੰ ਨੌਕਰੀ ਨਹੀਂ ਸੀ ਦਿੰਦੇ। ਪਰ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਸੀ ਵੀ ਤੁਸੀਂ ਮਾਨਸਿਕ, ਜੇ ਮੈਂ ਤਾਂ ਸਰੀਰਕ ਵਿਕਲਾਂਗ ਆ, ਤੁਸੀਂ ਮਾਨਸਿਕ ਵਿਕਲਾਂਗ ਹੋ ਕਿ ਜਿਹੜਾ ਮੈਨੂੰ ਘੱਟ ਸਮਝ ਰਹੇ ਹੋ। ਕਿਉਂਕਿ ਦਿਮਾਗ ਜਿੱਥੇ ਆ ਜਾਂਦਾ ਹੈ, ਜਦ ਤੁਸੀਂ ਅਗਲੇ ਦੀ ਨੌਲੇਜ ਵੇਖੋ, ਤੁਸੀਂ ਉਹਦੇ ਹੱਥਾਂ ਦਾ ਹੁਨਰ ਵੇਖੋ, ਹੈ ਨਾ, ਤੁਸੀਂ ਉਹਦੇ ਅੰਦਰ ਲੁਕੀ ਹੋਈ ਪ੍ਰਤਿਭਾ ਜਿਹੜੀ ਆ ਉਹਨੂੰ ਲੱਭੋ, ਇਹ ਤਾਂ ਬਿਲਕੁਲ ਬੇਵਕੂਫੀ ਵਾਲੀ ਗੱਲ ਹੈ ਕਿ ਜੇਕਰ ਕੋਈ ਚੱਲ ਫਿਰ ਨਹੀਂ ਸਕਦਾ, ਉਹਦੇ 'ਚ ਅਸਮਰੱਥ ਹੈ, ਤਾਂ ਤੁਸੀਂ ਉਹਨੂੰ ਕਹੋ ਵੀ ਤੂੰ ਨੌਕਰੀ ਨਹੀਂ ਕਰ ਸਕਦਾ। ਜੀ 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 ਪਤਾ ਨਹੀਂ, ਦੇਖੋ ਸਮਾਜ ਦੀ ਗੱਲ ਵੇਖੋ ਨਾ, ਵੀ ਤੁਸੀਂ ਉਹਨਾਂ ਤੋਂ ਹੌਸਲਾ ਅਫਜ਼ਾਈ ਕਰਨ ਦੇ ਬਦਲੇ ਤੁਸੀਂ ਹੋਰ ਜ਼ਿਆਦਾ ਉਹਨੂੰ ਡੀਮੋਟੀਵੇਟ ਕਰ ਰਹੇ ਹਾਂ। ਪਰ ਕਹਿੰਦੀ ਮੈਂ ਹੌਸਲਾ ਨਹੀਂ ਛੱਡਿਆ, ਇਹੋ ਜਿਹੇ ਵੀ ਸੱਜਣ ਮਿਲੇ ਵੀ ਮੈਨੂੰ ਨੌਕਰੀ ਵੀ ਮਿਲੀ, ਮੈਂ ਨੌਕਰੀ ਵੀ ਸ਼ੁਰੂ ਕੀਤੀ, ਸਾਰਾ ਕੁਛ ਹੋਇਆ। ਫਿਰ ਕਹਿੰਦੀ ਮੇਰੇ ਦਿਮਾਗ ਦੇ ਵਿੱਚ ਇਹ ਹੁੰਦਾ ਸੀ ਵੀ ਮੈਂ ਮਾਡਲਿੰਗ ਵੀ ਕਰਨੀ ਆ, ਉਹ ਸ਼ੁਰੂ ਤੋਂ ਹੀ ਸੀਗਾ ਵੀ ਮੈਂ ਮਾਡਲਿੰਗ ਕਰਨੀ ਆ। ਸੋ ਕਹਿੰਦੀ ਉਹ ਵੀ ਮੈਂ ਆਪਣਾ ਸੁਪਨਾ ਪੂਰਾ ਕੀਤਾ 2014 ਦੇ ਵਿੱਚ, ਜਦੋਂ ਮੈਂ ਵੀਲ ਚੇਅਰ 'ਤੇ ਮਾਡਲਿੰਗ ਕੀਤੀ ਤਾਂ ਉੱਥੇ ਵੀ ਮੈਨੂੰ ਕਰਾਊਨ ਵਿਨਰ ਬਣਾਇਆ ਗਿਆ, ਮੈਂ ਕਰਾਊਨ ਵਿਨਰ ਬਣੀ। ਔਰ ਕਹਿੰਦੀ ਉੱਥੇ ਮੈਨੂੰ ਇੱਕ ਸਵਾਲ ਪੁੱਛਿਆ ਗਿਆ ਵੀ ਤੁਸੀਂ ਜਦੋਂ ਅਗਲਾ ਤੁਹਾਡਾ ਜਿਹੜਾ ਅਗਲਾ ਜਨਮ ਹੋਊਗਾ ਤਾਂ ਤੁਸੀਂ ਕਿਹਦੀ ਜ਼ਿੰਦਗੀ ਜੀਣਾ ਚਾਹੋਗੇ, ਤਾਂ ਕਹਿੰਦੀ ਮੈਂ ਉੱਥੇ ਜਵਾਬ ਦਿੱਤਾ ਸੀ ਕਿ ਮੈਂ ਆਪਣੀ ਹੀ ਜ਼ਿੰਦਗੀ ਜੀਣਾ ਚਾਹੂੰਗੀ। ਵਾਓ,
ਕਿਆ ਬਾਤ ਕਿ ਜਿਹੜੀ ਜ਼ਿੰਦਗੀ ਮੈਂ ਹੁਣ ਜੀ ਆ ਮੈਂ ਉਹੀ ਜ਼ਿੰਦਗੀ ਜੀਣਾ ਚਾਹੂੰਗੀ ਕਿਉਂਕਿ ਕਹਿੰਦੀ ਇਹ ਘਟਨਾਵਾਂ ਜੇ ਨਾ ਹੁੰਦੀਆਂ ਤਾਂ ਮੈਂ ਇੰਨਾ ਹੌਸਲੇ ਵਾਲੀ ਕਿਵੇਂ ਬਣਦੀ ਮੈਂ ਇੰਨੀ ਕਠੋਰ ਕਿਵੇਂ ਬਣਦੀ ਜਜ਼ਬਾ ਹੀ ਨਹੀਂ ਸੀ ਮੈਂ ਇੰਨੀ ਦ੍ਰਿੜ ਨਿਸ਼ਚੇ ਵਾਲੀ ਕਿਵੇਂ ਬਣਦੀ ਹੈ ਨਾ ਵੀ ਮੈਂ ਤਾਂ ਹੀ ਤਾਂ ਮੈਂ ਇਹ ਸਭ ਕੁਝ ਕਰ ਪਾਈ ਹਾਂ ਤੇ ਕਹਿੰਦੀ ਮੈਂ ਮੈਨੂੰ ਹੋਰ ਜਿੰਨੇ ਮਰਜ਼ੀ ਜਨਮ ਮਿਲ ਜਾਣ ਮੈਂ ਤਾਂ ਇਹੀ ਜੀਵਨ ਹੰਡਾਉਣਾ ਚਾਹੁੰਦੀ ਹਾਂ ਔਰ 2017 ਦੇ ਵਿੱਚ ਇਹਨਾਂ ਨੂੰ ਮਿਸ ਪੋਪੂਲੈਰਿਟੀ ਅਵਾਰਡ ਵੀ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਇਹ ਨਾਲ ਨਾਲ ਆਪਣੀ ਨੌਕਰੀ ਵੀ ਕਰ ਰਹੇ ਨੇ ਤੇ ਜਿਹੜੇ ਡਿਸੇਬਲ ਚਾਈਲਡਸ ਨੇ ਨਾ ਡਿਸੇਬਲ ਚਿਲਡਰਨ ਨੇ ਉਹਨਾਂ ਲਈ ਵੀ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਟ੍ਰੇਨਿੰਗ ਦਿੰਦੇ ਨੇ ਫ੍ਰੀ ਦੇ ਵਿੱਚ ਬਹੁਤ ਵਧੀਆ ਇਹੋ ਜਿਹੀਆਂ ਕੁੜੀਆਂ ਨੂੰ ਵਾਕਈ ਦਿਲੋਂ ਸਲਾਮ ਹੈ ਕਿਉਂਕਿ ਮੈਂ ਸੱਚੀ ਉਹਨਾਂ ਦੀ ਕਹਾਣੀ ਸੁਣ ਕੇ ਬਹੁਤ ਜ਼ਿਆਦਾ ਇਨਸਪਾਇਰ ਹੋਈ ਹਾਂ ਕਿ ਵਾਕਈ ਅਸੀਂ ਨਾ ਨਿੱਕੇ ਜਿਹੇ ਦੁੱਖ ਨੂੰ ਵੀ ਬਹੁਤ ਵੱਡਾ ਮੰਨ ਲੈਂਦੇ ਹਾਂ ਤੇ ਕਈ ਵਾਰ ਸਾਰਾ ਜਿਹੜਾ ਧਿਆਨ ਹੈ ਉਸ ਦੁੱਖ ਵੱਲ ਹੀ ਕੇਂਦਰਿਤ ਕਰ ਲੈਂਦੇ ਹਾਂ ਚਾਹੇ ਸਾਡੇ ਕੋਲ 100 ਚੀਜ਼ਾਂ ਹੋਰ ਚੰਗੀਆਂ ਕਿਉਂ ਨਾ ਹੋਣ ਹੈ ਨਾ ਅਸੀਂ ਉਹ ਦੁੱਖ ਬਾਰੇ ਸੋਚ ਸੋਚ ਕੇ ਆਪਣੇ ਆਪ ਨੂੰ ਅੰਦਰੋਂ ਖਰਾਬ ਕਰਦੇ ਹਾਂ ਖਿਆਲਾਂ ਨੂੰ ਖਰਾਬ ਕਰਦੇ ਹਾਂ ਆਪਣੀ ਸੋਚ ਖਰਾਬ ਕਰਦੇ ਹਾਂ ਸਿਹਤ ਖਰਾਬ ਕਰਦੇ ਹਾਂ ਪਰ ਉਹ ਭੁੱਲ ਜਾਂਦੇ ਜੋ ਚੰਗਾ ਹੈ ਸਾਡੇ ਕੋਲ ਸਰੀਰ ਤਾਂ ਖਰਾਬ ਹੋ ਹੀ ਗਿਆ ਹੁੰਦਾ ਅਸੀਂ ਆਪਣਾ ਮਨ ਕਿਉਂ ਖਰਾਬ ਕਰਨਾ ਅਸੀਂ ਅਸੀਂ ਆਪਣਾ ਦਿਮਾਗ ਕਿਉਂ ਉਸ ਪਾਸੇ ਨੈਗੇਟਿਵਿਟੀ ਵੱਲ ਲੈ ਕੇ ਜਾਣਾ ਔਰ ਰਾਜਲਕਸ਼ਮੀ ਦੀ ਇੱਕ ਗੱਲ ਮੈਂ ਹੋਰ ਦੱਸਣਾ ਭੁੱਲ ਗਈ ਕਿ ਜਦੋਂ ਇਹਨਾਂ ਨੇ MDS ਕਰਨੀ ਸੀਗੀ BDS ਤੋਂ ਬਾਅਦ ਤਾਂ ਇਹਨਾਂ ਦੀ ਡਿਸੇਬਿਲਿਟੀ ਕਰਕੇ ਇਹਨਾਂ ਨੂੰ ਐਡਮਿਸ਼ਨ ਨਹੀਂ ਮਿਲ ਰਹੀ ਸੀਗੀ ਔਰ ਕਹਿੰਦੀ ਕਿ ਉਦੋਂ ਮੈਨੂੰ ਕੋਰਟ ਤੱਕ ਵੀ ਪਹੁੰਚਣਾ ਪਿਆ ਔਰ ਇਸ ਕੁੜੀ ਦੇ ਜਜ਼ਬੇ ਦੇ ਕਾਰਨ ਹੁਣ ਕੋਰਟ ਨੇ ਇਹ ਫੈਸਲਾ ਵੀ ਸੁਣਾ ਦਿੱਤਾ ਹੈ ਵੀ 3% ਜਿਹੜਾ ਕੋਟਾ ਆ ਉਹ ਇਹਨਾਂ ਲਈ ਲਾਗੂ ਕਰ ਦਿੱਤਾ ਗਿਆ ਡਿਸੇਬਲ ਪਰਸਨ ਲਈ ਮਤਲਬ ਹੋਰਾਂ ਲੋਕਾਂ ਦੇ ਲਈ ਵੀ ਇਹਨੇ ਇੱਕ ਚੰਗੇ ਰਾਹ ਖੋਲ ਦਿੱਤੇ ਜੀ 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 ਹੋਰ ਵੀ ਜਿਹੜੇ ਲੋਕ ਇਹੋ ਜਿਹੇ ਹੋਣਗੇ ਉਹ ਹੁਣ ਜੀ ਸਦਕੇ ਇਹਨਾਂ ਜਿੱਤਿਆਂ ਦੇ ਵਿੱਚ ਆ ਜਾ ਸਕਦੇ ਨੇ ਹਨਾ ਪਰ ਉਹ ਵਾਕਈ ਇਹ ਵਾਕਈ ਰਾਜਲਕਸ਼ਮੀ ਹੋਰਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ ਕਿ ਜਜ਼ਬਾ ਕਦੇ ਨਾ ਮਰਨ ਦਿਓ ਆਪਣੇ ਅੰਦਰੋਂ ਚਾਹੇ ਹਾਲਾਤ ਜਿਵੇਂ ਦੇ ਮਰਜ਼ੀ ਕਿਉਂ ਨਾ ਹੋਣ ਹਮੇਸ਼ਾ ਹਰੇਕ ਬੰਦੇ ਦਾ ਇਮਤਿਹਾਨ ਲੈਂਦੀ ਹੈ ਜ਼ਿੰਦਗੀ ਕੋਈ ਪਤਾ ਨਹੀਂ ਕਿ ਕਿਹਦਾ ਕੁਐਸਚਨ ਪੇਪਰ ਕਿਹੋ ਜਿਹਾ ਤੇ ਆਪਣੇ ਕੁਐਸਚਨ ਪੇਪਰ ਦੇ ਹਿਸਾਬ ਜਿੱਦਾਂ ਬੋਰਡ 'ਚ ਨਹੀਂ ਹੁੰਦਾ ABCDE ਇੱਦਾਂ ਵੱਖ ਵੱਖ ਪੇਪਰ ਆਉਂਦੇ ਨੇ ਉੱਦਾਂ ਆਪਣੇ ਜਿਹੜੇ ਪੇਪਰ ਹੈ ਕੁਐਸਚਨ ਪੇਪਰ ਹੈ ਉਹਦੇ ਹਿਸਾਬ ਦੇ ਨਾਲ ਆਪਣੇ ਜਵਾਬ ਜਿਹੜੇ ਉਹ ਤਿਆਰ ਕਰਦੇ ਰਹੋ ਹਮੇਸ਼ਾ ਜ਼ਿੰਦਗੀ ਦੇ ਇਸ ਇਮਤਿਹਾਨ 'ਚ ਤੁਸੀਂ ਪਾਸ ਜ਼ਰੂਰ ਹੋ ਬਿਲਕੁਲ ਬਾਕੀ ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਸਮੇਟਣ ਦਾ ਸਮਾਂ ਹੋ ਗਿਆ ਜੀ ਤੇ ਤੁਸੀਂ ਆਪਣੀ ਪ੍ਰਤੀਕਿਰਿਆ ਸਾਡੇ ਤੇ ਜ਼ਰੂਰ ਪਹੁੰਚਾਓ ਜੇਕਰ ਤੁਹਾਡੇ ਕੋਲ ਵੀ ਕੋਈ ਇਹੋ ਜਿਹੀ ਕਹਾਣੀ ਹੈ ਜੇਕਰ ਕੋਈ ਸੁਝਾਅ ਹੈ ਜੇਕਰ ਤੁਸੀਂ ਕੋਈ ਵੀ ਗੱਲ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪ੍ਰਤੀਕਿਰਿਆ ਸਾਡੇ ਤੇ ਪਹੁੰਚਾ ਸਕਦੇ ਹੋ ਫਿਲਹਾਲ ਦੇ ਲਈ ਦੋਵਾਂ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ